क्या स्वाद बनाई। ਆ ਬਿਸ਼ਨਾ ਘਰੇ ਆ। ਓ ਬੱਲੇ ਵੀਰਾ ਕੀ ਹਾਲ ਚਾਲ ਰੇ? ਵਧੀਆ। ਕਿੱਧਰ ਆਉਣੇ ਹੋਏ? ਆ ਬਸ ਤੇਰੇ ਵੱਲ ਹੀ ਆਇਆ ਹਾਂ। ਚੱਲ ਚੰਗੀ ਗੱਲ ਆ, ਸਵੇਰੇ ਸਵੇਰੇ ਆ ਵੜਿਆ ਹਾਂ। ਤੇਰੇ ਕਹਿੰਦਾ ਮਤਲਬ ਸਵੇਰੇ ਸਵੇਰੇ ਆ ਗਿਆ, ਕੋਈ ਗੱਲ ਨੀ। ਹਾਂ ਦੱਸ। ਓਏ ਆ ਕੇ ਇਹਨੂੰ ਕੋਈ ਪੁੱਛ ਵੀ ਲਈਦਾ ਹੁੰਦਾ ਵਾ, ਸਿੱਧੀਆਂ ਗੱਲਾਂ ਹੀ ਠਰਾਤਾ ਈ। ਚਾਹ ਪੀਣੀ ਹੂੰ? ਨਹੀਂ, ਆਪਾਂ ਤੈਨੂੰ ਪਤਾ ਚਾਹ ਵਾਲੇ ਬੰਦੇ ਨੀ, ਆਪਾਂ ਚੂਹ ਵਾਲੇ ਬੰਦੇ ਆ। ਸਵੇਰੇ ਸਵੇਰ ਤੇਰਾ ਕੋਲ ਤੇ ਖਾਂਦਾ। ਹਾਂ ਦੱਸ ਕਿੱਧਰ ਆਇਆ? ਹੋਰ ਬੱਚਿਆਂ ਦਾ ਸੁਣਾ ਕਿੱਦਾਂ? ਬੱਚੇ ਬਾ ਠੀਕ ਠਾਕ ਹੈ, ਵਧੀਆ। ਤੈਨੂੰ ਪਤਾ ਇੱਕੋ ਇੱਕ ਆਪਣੀ ਕੁੜੀ ਹੈਗੀ ਆ। ਸੁੱਖ? ਹਾਂ ਸੁੱਖ। ਤੇ ਸੁੱਖ ਦੀਆਂ ਗੱਲਾਂ ਅਸੀਂ ਹੁਣੇ ਤੇਰੀ ਭਰਜਾਈ ਨਾਲ ਮੈਂ ਕਰਦਾ ਪਿਆ ਹਾਂ। ਮੈਂ ਵੀ ਸੁੱਖ ਹੁਣ ਹੋ ਗਈ ਜਵਾਨ, ਵੈਸਾ ਹੀ ਗੱਲ। ਤੇ ਨੌਕਰੀ ਵੀ ਚੰਗੀ ਕਰਦੀ, ਤੈਨੂੰ ਪਤਾ ਵੀ ਹੌਸਪੀਟਲ 'ਚ ਨਰਸ ਲੱਗੀ ਆ। ਆਹੋ। ਤੇ ਅਸੀਂ ਸੋਚਦੇ ਹਾਂ ਵੀ ਸੁੱਖ ਲਈ ਹੁਣ ਕੋਈ ਸੋਹਣਾ ਜਿਹਾ ਮੁੰਡਾ ਦੇਖ ਕੇ ਤੇ ਸੁੱਖ ਦਾ ਵਿਆਹ ਕਰ ਦਈਏ। ਤੇ ਸੁੱਖ ਕਹਿੰਦੀ ਆ ਕਿ ਮੈਂ ਅਜੇ ਡਾਕਟਰ ਬਣਨਾ। ਗੱਲ ਸੁਣ ਮੇਰੀ ਪਿਛਣਿਆ, ਉਹ ਪਿੰਡ 'ਚ ਤੇ ਇੱਕ ਤਾਂ ਡਾਕਟਰ ਤੇ ਹੋਣਾ ਚਾਹੀਦਾ। ਹਾਂ ਇਹ ਤੇ ਗੱਲ ਹੈਗੀ ਆ। ਜੇ ਮੈਂ ਨਾ ਸ਼ਰਾਬ ਪੀਂਦਾ ਹੁੰਦਾ, ਉਹਨੂੰ ਮੈਂ ਵੀ ਡਾਕਟਰ ਬਣਨਾ ਸੀ, ਭਾਵੇਂ ਡੰਗਰ ਡਾਕਟਰ ਹੀ ਬਣਦਾ। ਡੰਗਰ ਡਾਕਟਰ? ਡੰਗਰ ਡਾਕਟਰ ਦਾ ਪਤਾ ਨਹੀਂ, ਤੂੰ ਡੰਗਰ ਇਸ ਟਾਈਮ ਤੂੰ ਲੱਗਦਾ ਹੀ ਪੂਰਾ। ਪਿਛਣਿਆ ਘਰ ਆਏ ਦੀ ਬੇਇੱਜ਼ਤੀ ਨਹੀਂ ਕਰੀ ਦਿੰਦੀ ਤੈਨੂੰ ਦੱਸਾਂ? ਮੈਂ ਬਾਹਰ ਆਏ ਦੀ ਵੀ ਕਰ ਦੂੰ, ਤੂੰ ਬਾਹਰ ਮਿਲ, ਮੈਂ ਤੇਰੀ ਉੱਥੇ ਵੀ ਕਰ ਦੂੰ। ਤੂੰ ਬਹੁਤ ਗਲਤ ਬੋਲਣ ਦੇ ਤੈਨੂੰ ਦੱਸਾਂ। ਨਹੀਂ ਨਹੀਂ ਮੈਂ ਗਲਤ ਨਹੀਂ ਬੋਲਦਾ, ਮੈਂ ਤੈਨੂੰ ਇਹ ਕਹਿੰਦਾ ਵਾਂ ਕਿ ਵੀਰਿਆ ਹੁਣ ਤੂੰ ਛੜਾ ਛਲੰਗ ਹੈਗਾ, ਠੀਕ ਹੈ? ਯਾਰ ਮੈਂ ਆਇਆ ਪਤਾ ਨਹੀਂ ਕਿਹੜੇ ਕੰਮ, ਚੇਤਾ ਭੁੱਲ ਗਿਆ ਯਾਰ। ਕਰ ਚੇਤਾ, ਕਿੱਧਰ ਆਇਆ? ਹਾਂ ਸ਼ਰਾਬ ਲੈਣਾ? ਨਾ ਨਾ ਸ਼ਰਾਬ ਨਹੀਂ, ਉਹ ਫਿਰ ਤੂੰ ਭੁਲਾ ਦੇਣਾ ਯਾਰ, ਆ ਛੜੇ ਤੋਂ ਗੱਲ ਚੇਤੇ ਆ ਗਈ। ਉਹ ਯਾਰ ਤੈਨੂੰ ਪਤਾ ਮੈਂ ਛੜਾ ਛਲੰਗ ਬੰਦਾ। ਉਹ ਤੇ ਸਾਰੇ ਪਿੰਡ ਨੂੰ ਪਤਾ। ਯਾਰ ਰੋਟੀਆਂ ਲਾ ਲਾ ਗਿਆ, ਵੇਖੀ ਹੱਥ ਬਣ ਗਿਆ। ਓਹੋ, ਸੜੇ ਪਏ ਤੇਰੇ ਤੇ ਹੱਥ। ਯਾਰ ਮੈਨੂੰ ਯਾਲਾ ਕਰਦੇ, ਕੋਈ ਰੋਟੀਆਂ ਰੋਟੀਆਂ ਲਾ ਲਾ ਕਰਦੇ ਮੇਰੀਆਂ ਚਾਰ, ਵਿਆਹ ਕਰਾ ਦੇ ਮੇਰਾ। ਓ ਯਾਰ ਅਸੀਂ ਆਪਣੀ ਕੁੜੀ ਦੇ ਵਿਆਹ ਬਾਰੇ ਸੋਚਣ ਦੇ ਆ, ਹੁਣ ਤੇਰੇ ਵਿਆਹ ਬਾਰੇ ਕਿੱਥੋਂ ਸੋਚ ਲਈਏ ਯਾਰ? ਯਾਰ ਤੂੰ ਆਪਣੀ ਸੁੱਖ ਦਾ ਸੋਚਣਾ ਹੀ ਸੋਚਣਾ, ਉਹ ਪਿੰਡ ਵਾਲੇ ਦਾ ਵੀ ਸੋਚ ਲੈ, ਕੋਈ ਭਲਾ ਹੋ ਜੂਗਾ। ਐ ਉਮਰੇ ਹੁਣ ਤੈਨੂੰ ਕਿੰਨੇ ਕੁੜੀ ਦੇਣੀ, ਦੱਸ ਹੱਦ ਹੋ ਗਈ ਤੇਰੀ ਵਾਲੀ। ਓ ਯਾਰ ਸਮਝਿਆ ਕਰ, ਹੁਣ ਤੈਨੂੰ ਮੈਂ ਦੱਸਦਾ ਕਿੰਨਾ ਚਿਰ ਮੈਂ ਚੁੱਲ੍ਹੇ 'ਚ ਫੂਕਾਂ ਮਾਰਦਾ ਮਾਰਦਾ, ਸਾਰਾ ਬੁਢਾਪਾ ਉੱਥੇ ਨਿਕਲ ਜਾਣਾ ਇਕੱਲੇ ਦਾ ਹੀ। ਨਹੀਂ ਮੈਂ ਕਿਵੇਂ ਕਿਸੇ ਦੀ ਧੀ ਦਿਹਾੜੀ ਰੋੜਦਾ? ਤੂੰ ਦਾਰੂ ਨਾਲ ਤਾਂ ਡੁੱਟ ਰਹੀ ਨਾ, ਜਾਂ ਤਾਂ ਦਾਰੂ ਛੱਡ ਦੇ, ਫਿਰ ਤੇਰਾ ਵਿਆਹ ਵੀ ਹੋਜੂ। ਛੱਡੀ ਕਿੱਦਾਂ ਜਾਊਗੀ, ਸਾਹਿਤ ਜਿਹੜੀ ਲੱਗੀ ਆ ਨਾ, ਇਹ ਨਾਲ ਹੀ ਜਾਊਗੀ ਮੇਰੇ ਖਿਆਲ ਨਾਲ। ਚਲੋ ਕਰਦੇ ਅਸੀਂ ਪਿੰਡ ਵਾਲਿਆਂ ਨਾਲ ਸਲਾਹ, ਕਰ ਦਿੰਦੇ ਤੇਰਾ ਵਿਆਹ, ਤੇਰਾ ਵੀ ਝਲਾ ਕਰ ਦਿੰਦੇ ਆ, ਜਿਹੜਾ ਤੈਨੂੰ ਅੱਗ ਲੱਗੀ ਵਿਆਹ ਕਰਾਉਣ ਦੀ। ਹੋਜੂ ਹੋਜੂ, ਤੂੰ ਕਰਾ ਹੀ ਦੇਣਾ ਮੈਨੂੰ ਪਤਾ, ਤੂੰ ਕਹਿਤਾ ਜਵਾਨੋਂ ਤੂੰ ਭਜਦਾ ਨੀ ਮੈਨੂੰ ਪਤਾ, ਕਿਉਂ ਨੀ ਕਰਾ ਦਾਂਗੇ ਜਾ। ਬਾਕੀ ਸੁੱਖ ਗੁੜੀਆ ਲਈ ਕੁਛ ਵੀ ਚਾਹੀਦਾ ਹੋਇਆ ਤੇ ਉਹਦਾ ਚਾਚਾ ਹਾਜ਼ਰ ਆ। ਠੀਕ ਹੈ ਠੀਕ ਹੈ ਠੀਕ ਆ। ਉਹ ਤੂੰ ਉਹਨੂੰ ਆਸ਼ੀਰਵਾਦ ਦੇ ਵੀ ਉਹ ਨੌਕਰੀ ਚੰਗੀ ਕਰੇ, ਵਧੀਆ ਕਰੇ, ਚੰਗੀ ਡਾਕਟਰ ਬਣ ਜੇ ਬਸ। ਮੈਂ ਕਹਿੰਦਾ ਰੱਬ ਇੰਨੀ ਮਿਹਰਬਾਨ ਉਹ ਤੇ ਹੱਥ ਰੱਖੇ, ਡਾਕਟਰ ਗਈ, ਡਾਕਟਰਾਂ ਦਾ ਜਿਹੜਾ ਆਇਆ ਮਰੀਜ਼ ਸਵੇਰੇ ਸਵੇਰੇ ਆ ਗਿਆ, ਇਹ ਮੇਰਾ ਵਿਆਹ ਕਰ ਦੋ, ਮੇਰਾ ਕੋਈ ਵਿਚੋਲਾ ਬਣੋ। ਸਾਰੀ ਉਮਰ ਇਹਨੇ ਨਸ਼ਿਆਂ 'ਚ ਗਾਲਤੀ ਆ, ਦਾਰੂ ਪੀ ਪੀ ਕੇ ਦਾ ਹਾਲ ਦੇਖੋ ਕੀ ਹੋਇਆ। ਕਹਿੰਦਾ ਮੇਰਾ ਵਿਆਹ ਕਰੋ, ਕਮਾਲ ਹੋ ਗਈ ਇਹਦਾ ਵਿਆਹ ਕਰਨਾ। ਦੱਸ ਮੈਂ ਕਿਵੇਂ ਕਿਸ ਦੀ ਧੀ ਦਿਹਾੜੀ ਡੋਬਦਾ, ਨਸ਼ਿਆਂ 'ਚ ਵੜਿਆ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਖ ਪੁੱਤ, ਤੂੰ ਇੱਥੇ ਕੀ ਕਰ ਰਹੀ ਹੈ? ਬਾਬਾ ਜੀ ਜਦੋਂ ਵੀ ਮੈਂ ਇਸ ਰਸਤੇ ਥਾਣੀ ਲੰਘਦੀ ਹਾਂ, ਇਹਨਾਂ ਝਾੜੀਆਂ ਵਿੱਚੋਂ ਮੈਨੂੰ ਅਜੀਬੋ ਗਰੀਬ ਆਵਾਜ਼ਾਂ ਸੁਣਾਈ ਦਿੰਦੀਆਂ। ਤੂੰ ਪੁੱਤ ਇਹਨਾਂ ਗੱਲਾਂ ਵੱਲ ਧਿਆਨ ਨਾ ਦਿਆ ਕਰ, ਸਵੇਰੇ ਸ਼ਾਮ ਪਾਠ ਕਰਿਆ ਕਰ, ਜਾ ਹੁਣ ਤੇਰਾ ਬਾਪੂ ਘਰੇ ਡੀਕਦਾ ਹੋਣਾ। ਵਿਸ਼ੇਸ਼ ਅਖਬਾਰ ਨੂੰ ਛੱਡ ਯਾਰ, ਹਰ ਵੇਲੇ ਅਖਬਾਰ ਹੀ ਪੜ੍ਹਦਾ ਰਹਿੰਦਾ। ਇਹ ਵੀ ਪੜ੍ਹਨੀ ਚਾਹੀਦੀ ਨਾ, ਇਹ 'ਚ ਕੋਈ ਖਬਰਾਂ ਲਿਖੀਆਂ ਤੇ ਤਾਂ ਹੀ ਪੜ੍ਹੀ ਦੀਆਂ। ਠੀਕ ਹੈ, ਮੈਂ ਤੇਰੇ ਇਹਦਾ ਕੰਮ ਆਇਆ ਤੇਰੇ ਲਈ। ਦੱਸ ਦੱਸ, ਆਪਣੀ ਪੈਲੀ ਆ ਉਹ ਤਾਂ ਤੇਰੀ ਵੀ ਹੈਗੀ, ਮੇਰੀ ਵੀ ਹੈਗੀ, ਤੇਰੀ ਵੀ ਪੈਲੀ ਹੈਗੀ ਆ, ਮੈਂ ਤੇਰੀ ਸਲਾਹ ਲੈਣਾ ਆ। ਦੱਸ ਦੱਸ ਸਲਾਹ, ਆਪਾਂ ਸਲਾਹ ਦੇਣ ਤੇ ਬੈਠੇ ਆ, ਕੀ ਬੀਜਣਾ ਇਹ ਪੁੱਛਣਾ, ਜੋ ਮਰਜ਼ੀ ਬੀਜ ਲਾ। ਬੀਜਣਾ ਨੀ ਗਾ ਵੀ ਸੰਸਿਆ, ਸਲਾਹ ਇਹ ਆ ਵੀ ਮੈਂ ਪਲਾਟ ਕੱਟਣੇ ਆ, ਪਲਾਟ ਕੱਟ ਕੇ ਵੇਚਣੇ ਆ। ਮੱਖਣ ਸਿਆ ਸਿਆਣਾ ਬਣ, ਤੇਰੀ ਸੁੱਖ ਨਾਲ ਇੰਨੀ ਪੈਲੀ,
तू हुण उहदे प्लाट कटेगा। ओ जे तू इहदे प्लाट कट के वेचेगा तां किसे ने तैनू जिमीदार नहीं कहना ते ना तैनू कहिंदा कौंदा जट कहना किसे ने। ओ कंगूरखा जिहड़े जट को पैली ना रही ओ जट कहा जा। दस मैनू ये काम ना कर, प्लाट ना कट चंगा रहेगा। जे सारे यो कुछ कम कर लग पे तो असी बीजांगे की ते लोग खाणगे की? सारे पासे फिर आ पत्थर ही नजर आने आ जड़िया लोगों ने बिल्डिंगा खड़िया कीतियां। सरकार तो अगे चाहती है भी इन्हां दे सारे पैली वेच देण ते बाजारी आटा खाण जिहड़े आपणे आउंदे आ बाहरले मुल्कां तों आउंदा। सियाणा बण ये कलोनी कलूनी के चक्कर च ना पै। हाँ यार प्लाट बना के बेचांगे ना कट के। हाँ गड्डियां लवांगे चार। हाँ मजे लवांगे। मेरी तो यह रहा गल सुन, मेरी गड्डियां लेंगा गड्डियां तो घूमेंगा टोर तो तेरी बन जूगी। पर कमलिया तू ये वेख इस खेती दे नाल किन्ने घर जुड़ते हैं। तू खेती कर देगा जदों नू वाढ़ी का टाइम आना जिहड़े मजदूर वाढ़ी करनगे उन्हां दे चुल्हे चलणगे। तो जे तू पैली कट के उहदे प्लाट वेच ले तो फिर उन्हां दे चुल्हे तो बंद हो गए ना, किन्ने घरां दी रोटी बंद हो जू। पर कमलिया सियाणा बण मेरी तो एको राय आ, तू मेरे को सलाह लेना है ना। सलाह लेना तो मैं तेनों यो सलाह दिना जे सियाणा बनना ना अपने दिमाग में सही करना आ पैली पूली कट्टण वाला पास ना जाई। जमीन सगो होर लै ते खेती कर, खेती च सब कुछ है। तो जे तेनों लगता भी सरकारां साडा नहीं सोचदियाँ वो ये कहिंदियाँ कि तुसीं पराली नूं अग नहीं लाउणी, तुसीं आ नहीं करना, तुसीं उह नहीं करना, तुसीं खादा नहीं पाउणियां, तुसीं उह नहीं करना, तो वो सरकार नूं भी चाहीदा कि साडे बारे को सोचे तो असीं इह काम ना करिए, ना ही खादा पाइए, ना असीं पराली नूं अग लाइए। मक्खण सियां जदों हाथ ते सट लगी होवे ना तो हाथ वड्डी दा नहीं हुंदा, सियाणा बण। हुण मां नूं वेचेगा जा कम कर अपना, जाके पैली पुली ना मेची भी प्लाट प्लूट नहीं कट्टणे। बिशा सिया तेरिया गल्लां सुन के ना मेरी अखां खुल गईं, हुण मैं पैली वेचदा नहीं गा, दो किले होर लै गए ना कम चलाऊंगा। बल्ले भाई बल्ले, आ कह के तू मेरा मन खुश करता ही मक्खण सिया। चंगा बिशन सिया हुण मैं चलदा। ना एदा नहीं जान देना, हुण तां तैनूं ठंडा पीते बगैर नहीं मैं भेजना। मैं कोल्ड ड्रिंक लाके आना ठंडा तेरे लिए, पी के जाई पत्ता जरूर पी के जाई। नहीं ठंडा नहीं पीना, उठ जावा मैं। चल ठीक है फिर, हुण नहीं वेचनी पैली। बिशन सिया हुण मैं चलदा। चल ठीक है, अखां खोलतियां तू मेरी। चल चल चलो भाई, किसी नूं तां सही राह पाया नहीं तां सारी दुनिया किहड़े कम्मां च पै गई। पैली नूं वेच के पलाट कट्टी जांदे आ। हरे भरिया पंजाब पत्थरां दा पंजाब बनाउणा चाहुंदी। चाची तुहानू मेरे नाम दा किदा पता लगा? कहिंदा नाम दा किदा पता लगा, आ अपनी धौं ते एडा वड्डा बोर्ड लमकाया जे तेरे नां दा ना पता लगे। चाची ये तां साडी गोद आ। अच्छा ए काजे ने बनाया मशीन ना? हां जी हां जी। चल ठीक आ, आ तू ला गया? हां जी ए भैन कोलों खड़े सी मैं। अच्छा अच्छा। हां जी दवाई ला गया ही? हां जी, ते जिन्नी सानूं मेडिसिन दी लोड़ ही अहीं वरत ली आ। अच्छा चल ठीक आ, ते पैसे? पैसे भैन जी कहिंदे आपे कर लांगे। हां चल ठीक है, चाह बनावा? नहीं चाचा चाह नहीं पीनी। चंगा चाचा चलदा फिर मैं। चल ठीक है ठीक है। कुड़ी ओदा ही दवाइया चकाई जाती है, पैसे पूरी लेंदी नहीं कहीं चो। चलो पुत बह जा पुत। बेबे तेरी किथे है? ओनू आवाज मार। हां रे मुंडा बड़ा गया है पन्नू, तेरे को लै गया होना दवाई। हाँ जी हाँ जी लैके गए सी। अच्छा गल सुन मेरी पुत, मैं ते तेरी बेबे ने सलाह की थी है, ओए आ जा आ जगीर कोर आजा। मैं ते तेरी बेबे ने सलाह की के हुण तू सुख नाल नौकरी भी चंगी कर लग पई है, क्यों जगीर कोरे? ये ते है, मैं ते अगे कुड़ी नूं कहण दी हुण ते नौकरी ते लग गया अपना पुत। हां ते पुत अहीं सोचदे आ
कि हुण तैनूं नौकरी भी वधिया मिल गई है ते सुख ने पैसे भी चार चंगे आउंदे तैनूं तनखाह तेरी चंगी लगी है ते साडी दोनों की यह सलाह वा कि हुण तेरा विआह कर दिए पुत्र। देखो बापू जी हले मैं विआह नहीं करवाउणा। देख पुत्र माँ प्यो दे भी सुपने होंदे है साढ़े दोनों की रीझा कि तेरा विआह करिए क्योंकि साडा की पता अज है कल नहीं है क्यों जगीरपुरे। सही कहते तेरे बापू जी पुत वेखती हाँ अपने घर ही सोहनिया लगदियाँ तो अज नहीं तो कल विआह तो करवाना ही आ। बाकी साढ़े वरी तो जमाने पुत होर सी साढ़े वरी तो जिथे घरदिया ने क्या उत्थे तोर दिता पर हुण तो सानू नवे जमाने नाल चलना पैना। जे तेरी निगाह च कोई मुंडा होवे तो तू दसी सानू बेजी च। बापू जी मैं तुहाडी मर्जी नाल ही विआह करावांगी। ठीक है हले मैं वड्डी डॉक्टर बनना है। क्या बात है वेरी गुड मेरा पुत इन्हें डॉक्टर बनना ते पर पुत विआह ते तेनू करवाना पैना तू जदो कहेंगी उदो तेरा आपां विआह कर देंगे। ठीक है आपां तेरी मर्जी तो परे नहीं है। ठीक है चल जा मेरा पुत डब्बा रख दे। अच्छा ऐदा कर वो दो तीन कप चाह बना दे वो मैं खड़नी बंबी ते वो बंदे लाए कहते अहे चाह ले आई अंकल जी मैं लाऊंगा मेरे हाथ भी बना ही दे एक कप होर।